ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੇ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਉਹਨਾਂ ਦੇ ਨਾਲ ਸਨ। ਕੈਪਟਨ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਵਾਅਦਾ ਕੀਤਾ ਗਿਆ। ਇਹ ਪਹਿਲੀ ਵਾਰ ਹੈ ਮੈਂ ਦਿੱਲੀ ਆਇਆ ਸਾਡੀ ਚੋਣ ਤੋਂ ਬਾਅਦ, ਔਰ ਮੈਂ ਅੱਜ ਰਾਸ਼ਟਰਪਤੀ ਜੀ ਨੂੰ, ਪ੍ਰਾਈਮ ਮਿਨਿਸਟਰ ਸਾਹਿਬ ਨੂੰ ਔਰ ਜੇਟਲੀ ਸਾਹਿਬ ਨੂੰ ਮਿਲਿਆ, ਮਿਲੂੰਗਾ ਉਹਨਾਂ ਨੂੰ। ਇੱਧਰ ਜੇਟਲੀ ਸਾਹਿਬ ਅੱਜ ਮਿਲੇ ਨੇ ਔਰ ਇਹਨਾਂ ਨੂੰ ਕਰਟਸੀ ਕਾਲ ਤੋਂ ਇਲਾਵਾ ਉਹਨਾਂ ਨਾਲ ਅਸੀਂ ਜਿਹੜੀ, ਕਿਉਂਕਿ ਫਸਲ ਸਾਡੀ ਹੁਣ ਆਉਣ ਲੱਗੀ ਹੈ, ਜਿਹੜੀ ਸਾਡੀ ਸੀ ਸੀ ਲਿਮਿਟ ਹੈ ਉਹਦੇ ਸੰਬੰਧ ਵਿੱਚ ਅਸੀਂ ਮਿਲੇ ਸੀ ਕਿ ਉਹਨੂੰ ਜਲਦੀ ਅਪਰੂਵਲ ਦਿਓ, ਕਿਉਂਕਿ ਕਣਕ ਦੀ ਵਾਢੀ ਸ਼ਾਇਦ ਹਫ਼ਤੇ 'ਚ ਹੋ ਜਾਏ ਸ਼ੁਰੂ। ਉਹਨਾਂ ਨੇ ਪੂਰੀ ਸਾਨੂੰ ਕੋਆਪਰੇਸ਼ਨ ਦਿੱਤੀ ਹੈ ਐਂਡ ਐਵਰੀ ਵੇ ਹੀ ਹੈਜ਼ ਹੈਲਪਡ ਅਸ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀ ਵੀ, ਪਟਿਆਲਾ ਟੀ ਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀ ਵੀ। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ, IPMT ਤੇ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ, 10ਵੀਂ ਅਤੇ +2 ਤੋਂ ਬਾਅਦ OT, DMLT, ਐਕਸ-ਰੇ, ਆਪਥਲੈਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ ਡਿਪਲੋਮੇ। ਇੱਥੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸ-ਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ। ਹੋਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ। ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ।